ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜ ਦੁਆਰਾ ਲਿਖੀ ਕਿਤਾਬ ਕੁੰਜੀਆਂ ਇਸਤਰੀ ਪੁਰਸ਼ ਨੂੰ ਕਹਿੰਦੀ ਨਹੀਂ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ ਕਿਉਂਕਿ ਇਸਤਰੀ ਚਾਹੁੰਦੀ ਹੈ ਕਿ ਪੁਰਸ਼ ਇਤਨਾ ਸਿਆਣਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹ ਆਪੇ ਸਮਝ ਜਾਵੇ ਐਸੀ ਪੰਜਾਬੀ ਭਾਵੇਂ ਕਿਤਨੇ ਵੀ ਗਾਂਧੀ ਵਿਰੋਧੀ ਹੋਈਏ ਪਰ ਗਾਂਧੀ ਤੋਂ ਬਿਨਾ ਭਾਰਤ ਦੀ ਸੁਤੰਤਰਤਾ ਕਿャਸੀ ਨਹੀਂ ਜਾ ਸਕਦੀ ਅਸੀਂ ਅਕਸਰ ਇਹ ਰਖਾ ਵਸ ਗਾਂਧੀ ਨੂੰ ਛੁਟਿਆਉਂਦੇ ਰਹਿੰਦੇ ਹਾਂ ਕਿਉਂਕਿ ਆਜ਼ਾਦੀ ਨਾਲ ਪੰਜਾਬ ਦਾ ਵਟਵਾਰਾ ਹੋਇਆ ਜਦੋਂ ਦੇਸ਼ ਜਸ਼ਨ ਮਨਾ ਰਿਹਾ ਸੀ ਉਸ ਸਮੇਂ ਪੰਜਾਬ ਵਿੱਚ ਕਟਵੱਡ ਹੋ ਰਹੀ ਸੀ ਨਿਰਸੰਦੇਹ ਪ੍ਰਸੰਤਾ ਨਾਲੋਂ ਦੁਖਾਂਤ ਵੱਡਾ ਸੀ ਸੋ ਅਸੀਂ ਗਾਂਧੀ ਦੀ ਕਦੇ ਪ੍ਰਸ਼ੰਸਾ ਨਹੀਂ ਕੀਤੀ ਗਾਂਧੀ ਨੂੰ ਵੜਾਇਆ ਨਹੀਂ ਅਪਣਾਇਆ ਨਹੀਂ ਇਸੇ ਕਾਰਨ ਅਸੀਂ ਸੁਤੰਤਰ ਦਿਵਸ ਮਨਾਉਣ ਵਾਲੇ ਕਿਸੇ ਸਮਾਗਮ ਵਿੱਚ ਅਕਸਰ ਸ਼ਾਮਲ ਨਹੀਂ ਹੁੰਦੇ ਛੁੱਟੀ ਹੋ ਜਾਂਦੀ ਹੈ ਪਰ ਅਸੀਂ ਜਸ਼ਨ ਨਹੀਂ ਮਨਾਉਂਦੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਸੁਤੰਤਰਤਾ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ। ਇਹ ਕੁਰਬਾਨੀਆਂ ਸਾਂਝੇ ਅੰਦੋਲਨ ਦਾ ਹਿੱਸਾ ਸਨ। ਸਾਡੀ ਸੋਚ ਵਿਸ਼ਾਲ ਨਹੀਂ। ਗਾਂਧੀ ਬਾਰੇ ਅਸੀਂ ਮੰਨ ਹੀ ਨਹੀਂ ਸਕਦੇ ਕਿ ਇੱਕ ਬਾਣੀਆ ਵੀ ਮਹਾਤਮਾ ਹੋ ਸਕਦਾ ਹੈ। ਸਾਨੂੰ ਗਾਂਧੀ ਨੂੰ ਸਮਝਣ ਵਿੱਚ, ਗਾਂਧੀ ਦੀਆਂ ਸਮਕਾਲੀ ਸਥਿਤੀਆਂ ਨੂੰ ਜਾਣਨ ਵਿੱਚ ਅਤੇ ਆਪਣੀ ਸੋਚ ਵਿਸ਼ਾਲ ਕਰਨ ਵਿੱਚ ਦੇਰ ਲੱਗੇਗੀ। ਜੇਲ੍ਹ ਵਿੱਚ ਉਦਾਸੀ ਦਾ ਇੱਕ ਕਾਰਨ ਛੋਟੇ ਬੱਚਿਆਂ ਨਾਲੋਂ ਨਾਤਾ ਟੁੱਟ ਜਾਣਾ ਹੁੰਦਾ ਹੈ। ਬੱਚੇ ਸਾਡੇ ਵਿਚਲਾ ਬਚਪਨ ਜਿਉਂਦਾ ਰੱਖਦੇ ਹਨ ਅਤੇ ਜੀਵਨ ਦੀ ਤਾਂਗ bujhn ਨਹੀਂ ਦਿੰਦੇ ਜੇਲ੍ਹ ਵਿੱਚ ਮਹੀਨੇ ਗੁਜ਼ਰ ਜਾਂਦੇ ਹਨ ਕੋਈ ਬੱਚਾ ਨਹੀਂ ਦਿਸਦਾ ਸਾਲ ਗੁਜ਼ਰ ਜਾਂਦੇ ਹਨ ਕਿਸੇ ਬੱਚੇ ਨੂੰ ਧੰਡਾੜੇ ਨਹੀਂ ਬਿਠਾਇਆ ਹੁੰਦਾ ਉਸ ਨਾਲ ਗੱਲਾਂ ਨਹੀਂ ਕੀਤੀਆਂ ਹੁੰਦੀਆਂ ਅਸਲੀ ਸਜ਼ਾ ਤਾਂ ਬੱਚਿਆਂ ਦੇ ਸੰਸਾਰ ਵਿੱਚੋਂ ਖਾਰਜ ਕੀਤੇ ਜਾਣ ਦੀ ਹੁੰਦੀ ਹੈ ਇਵੇਂ ਹੋਰ ਨਾਲ ਜ਼ਿੰਦਗੀ ਉਦਾਸੀ ਜਾਂਦੀ ਹੈ ਜਿਨ੍ਹਾਂ ਥਾਵਾਂ ਦੇ ਬੱਚੇ ਅਤੇ ਬੱਚਿਆਂ ਕਾਰਨ ਇਸਤਰੀਆਂ ਨਹੀਂ ਹੁੰਦੀਆਂ ਉਹ ਥਾਵਾਂ ਬੜੀਆਂ ਰੁੱਖੀਆਂ ਤੇ ਭੁੱਖੀਆਂ ਹੁੰਦੀਆਂ ਹਨ ਦੁਬਈ ਵਿੱਚ ਸੰਸਾਰ ਦਾ ਸਭ ਤੋਂ ਉੱਚਾ ਬੁਰਜ ਖਲੀਫਾ ਉੱسر ਰਿਹਾ ਸੀ ਕਈ ਠੇਕੇਦਾਰ ਕੰਮ ਕਰ ਰਹੇ ਸਨ ਇੱਕ ਠੇਕੇਦਾਰ ਕੋਲ 15 ਬਲੋਚੀ ਮਜ਼ਦੂਰ ਸਨ ਕੰਮ ਨਾ ਜਾਣਨ ਕਰਕੇ ਉਹਨਾਂ ਦੀ ਕਾਰਗੁਜ਼ਾਰੀ ਢਿੱਲੀ ਸੀ ਮਾਲਕ ਨੇ ਉਹਨਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਇੱਕ ਬਲੋਚੀ ਮਜ਼ਦੂਰ ਨੇ ਮਾਲਕ ਨੂੰ ਕਿਹਾ ਸਾਨੂੰ ਹਟਾਓ ਨਾ ਭਾਵੇਂ ਸਾਡੀ ਉਜਰਤ ਅੱਧੀ ਕਰ ਦਿਓ ਔਰ ਸਾਨੂੰ ਹਟਾਓ ਨਾ 15 ਦਿਨਾਂ ਵਿੱਚ ਜੇ ਸਾਡੇ ਕੰਮ ਤੋਂ ਤਸੱਲੀ ਨਾ ਹੋਈ ਤਾਂ ਹਟਾ ਦੇਣਾ ਮਾਲਕ ਮੰਨ ਗਿਆ ਉਹਨਾਂ ਦੀ ਉਜਰਤ 40 ਤੋਂ 20 ਦਰਹਮ ਕਰ ਦਿੱਤੀ ਗਈ ਸੀ ਬਲੋਚੀ ਮਜ਼ਦੂਰ ਮਿਸਤਰੀਆਂ ਤੋਂ ਸ਼ਾਮ ਨੂੰ ਪੁੱਛ ਲੈਂਦੇ ਸਨ ਕਿ ਕੱਲ੍ਹ ਅਸੀਂ ਕੀ ਕੰਮ ਕਰਨਾ ਹੈ ਪੱਥਰ ਨੇੜੇ ਰੱਖਣੇ ਸਨ ਮਸਾਲਾ ਬਣਾਉਣਾ ਸੀ ਸੰਦ ਫੜਾਉਣੇ ਸਨ ਪੱਥਰ ਲਾਉਣ ਵੇਲੇ ਫੜ ਕੇ ਰੱਖਣਾ ਸੀ 15 ਦਿਨਾਂ ਮਗਰੋਂ ਮਾਲਕ ਨੇ ਉਹਨਾਂ ਦੀ ਮਜ਼ਦੂਰੀ 20 ਤੋਂ 30 ਦਰਮ ਕਰ ਦਿੱਤੀ। ਇੱਕ ਮਹੀਨੇ ਮਗਰੋਂ ਉਹਨਾਂ ਦੀ ਪੁਰਾਣੀ 40 ਦਰਮ ਵਾਲੀ ਪੂਰੀ ਮਜ਼ਦੂਰੀ ਬਹਾਲ ਕਰ ਦਿੱਤੀ। ਉਹ ਮਿਸਤਰੀਆਂ ਦਾ ਕੰਮ ਵੀ ਸਿੱਖ ਗਏ। ਰੋਜ਼ 40 ਦਰਮ ਕਮਾਉਣੇ ਉਹਨਾਂ ਦੀ ਡਾਡੀ ਲੋਡ ਸੀ। ਜਿੰਨੀ ਡਾਡੀ ਲੋਡ ਹੁੰਦੀ ਹੈ, ਉਤਨੀ ਹੀ ਲਗਨ ਮਜ਼ਬੂਤ ਹੁੰਦੀ ਹੈ। ਐਨਕਾਂ ਦੀ ਇੱਕ ਦੁਕਾਨ ਤੇ ਕਾਰੀਗਰ ਛੁੱਟੀਆਂ ਬਹੁਤ ਕਰਦੇ ਸਨ। ਕਿਸੇ ਵਿਆਹ ਤੇ ਜਾਂਦੇ ਸਨ, ਮੁੜਦੇ ਹੀ ਨਹੀਂ ਸਨ। ਮਾਲਕ ਨੇ ਇੱਕ ਮਾਹਿਰ ਨਾਲ ਗੱਲ ਕੀਤੀ ਇੱਕ ਕਾਰੀਗਰ ਰੋਜ਼ औਸਤ 500 ਰੁਪਏ ਦਾ ਕੰਮ ਕਰਦਾ ਸੀ ਅਤੇ 200 ਰੁਪਏ ਉਸਦੀ ਉਜਰਤ ਸੀ ਮਾਹਿਰ ਦੇ ਦੱਸੇ ਅਨੁਸਾਰ ਮਾਲਕ ਨੇ ਆਪਣੇ ਤਿੰਨ ਕਾਰੀਗਰਾਂ ਨੂੰ ਕਿਹਾ ਕਿ ਪ੍ਰਵਾਨਗੀ ਤੋਂ ਬਿਨਾਂ ਕੀਤੀਆਂ ਛੁੱਟੀਆਂ ਦੇ ਪੈਸੇ ਕੱਟੇ ਜਾਣਗੇ ਅਤੇ ਜਿਹੜਾ ਮਹੀਨੇ ਵਿੱਚ ਕੋਈ ਨਾਗਾ ਨਹੀਂ ਕਰੇਗਾ ਉਸ ਨੂੰ ਮਹੀਨੇ ਦੇ 600 ਰੁਪਏ ਵਾਧੂ ਮਿਲਣਗੇ ਤਿੰਨੇ ਕਾਰੀਗਰ 600 ਵਾਧੂ ਰੁਪਏ ਲੈਣ ਲਈ ਹਾਜ਼ਰ ਰਹਿਣ ਲੱਗ ਪਏ ਪਸ਼ਮਾਸੁਰ ਸ਼ਕਤੀਸ਼ਾਲੀ ਰਾਜਾ ਬਣਨਾ ਚਾਹੁੰਦਾ ਸੀ ਤਪੱਸਿਆ ਕੀਤੀ ਸ਼ਿਵ ਜੀ ਨੇ वर ਦਿੱਤਾ ਜਿਸ ਦੇ ਸਿਰ ਤੇ ਤੂੰ ਹੱਥ ਰੱਖੇਂਗਾ ਉਹ ਪਸ਼ਮ ਹੋ ਜਾਵੇਗਾ ਇਹ ਵਰ ਪ੍ਰਾਪਤ ਕਰਕੇ ਪਸ਼ਮਾਸੁਰ ਵਿੱਚ ਹੰਕਾਰ ਆ ਗਿਆ ਉਸਨੇ ਆਪਣੀ ਸ਼ਕਤੀ ਸ਼ਿਵ ਜੀ ਤੇ ਪਰਖਣੀ ਚਾਹੀ ਸ਼ਿਵ ਜੀ ਬਚਨ ਲਈ ਦੌੜੇ ਪਸ਼ਮਾਸੁਰ ਮਗਰ ਦੌੜਿਆ ਭੱਜੇ ਜਾਂਦੇ ਸ਼ਿਵ ਜੀ ਨੂੰ ਵਿਸ਼ਨੂੰ ਨੇ ਬਚਾਇਆ ਜਿਹੜਾ ਸੁੰਦਰ ਮੋਹਣੀ ਬਣ ਕੇ ਪਸ਼ਮਾਸੁਰ ਦੇ ਰਸਤੇ ਵਿੱਚ ਆ ਗਿਆ ਪਸ਼ਮਸੁਰ ਮੋਹਿਣੀ ਤੇ ਮੋਹਿਤ ਹੋਇਆ ਹੋਣਾ ਹੀ ਸੀ ਸੁੰਦਰੀ ਨੇ ਪਸ਼ਮਸੁਰ ਨੂੰ ਪ੍ਰੇਮ ਕਰਨ ਦੀ ਆਗਿਆ ਦੇਣ ਤੋਂ ਪਹਿਲਾਂ ਕਿਹਾ ਆਪਣੇ ਸਿਰ ਤੇ ਹੱਥ ਰੱਖ ਕੇ ਸੌਂਖਾ ਕਿ ਕਹ ਕਿ ਤੂੰ ਕਿਸੇ ਹੋਰ ਸੁੰਦਰੀ ਕੋਲ ਨਹੀਂ ਜਾਏਗਾ ਕਾਮ ਵਿੱਚ ਗਰਸੇ ਪਸ਼ਮਸਰ ਨੇ ਸੌਂਖਾਣ ਲਈ ਜਿਉਂ ਹੀ ਆਪਣੇ ਸਿਰ ਤੇ ਹੱਥ ਰੱਖਿਆ ਉਹ ਭਸਮ ਹੋ ਗਿਆ ਜਦੋਂ ਕਿਸੇ ਨੂੰ ਕੋਈ ਸ਼ਕਤੀ ਯੋਗਤਾ ਤੋਂ ਬਿਨਾਂ ਮਿਲੇ ਤਾਂ ਉਹ ਉਸ ਦਾ ਮਹੱਤਵ ਨਾ ਜਾਣਨ ਕਰਕੇ ਉਸ ਦਾ ਦੁਰਉਪਯੋਗ ਕਰਨਾ ਆਰੰਭ ਦਿੰਦਾ ਹੈ ਅਮਰੀਕਾ ਵਿੱਚ ਇੱਕ ਸਟੋਰ ਵਿੱਚ ਇੱਕ ਸੇਲਜ਼ ਗਰਲ ਕੁਝ ਸੋਚਦੀ ਹੋਣ ਕਰਕੇ ਗਾਹਕ ਸਾਹਮਣੇ ਮੁਸਕਰਾਉਣਾ ਭੁੱਲ ਗਈ ਸ਼ਾਮ ਨੂੰ ਉਸ ਦੀ ਨੌਕਰੀ ਜਾਂਦੀ ਰਹੀ ਭਾਰਤ ਵਿੱਚ ਇੱਕ ਸੇਲਜ਼ ਗਰਲ ਗਾਹਕ ਨੂੰ ਵੇਖ ਕੇ ਮੁਸਕਰਾਈ ਅਤੇ ਮਾਲਕ ਨੇ ਉਸ ਦੇ ਮੁਸਕਰਾਉਣ ਕਾਰਨ ਉਸ ਦੀ ਛੁੱਟੀ ਕਰ ਦਿੱਤੀ ਇਹ ਸੱਭਿਆਚਾਰਕ ਅੰਤਰ ਕਾਰਨ ਹੋਇਆ ਸੋਮਵਾਰ ਨਵੀਂ ਧੁਲੀ ਚਾਦਰ ਵਾਂਗ ਵਿਛਾਇਆ ਜਾਂਦਾ ਹੈ ਆਸ ਹੁੰਦੀ ਹੈ ਕਿ ਸਭ ਕੁਝ ਚੰਗਾ ਵਾਪਰੇਗਾ ਮੰਗਲਵਾਰ ਚੜ੍ਹਦਿਆਂ ਹੀ ਦੁਚਿੱਤੀਆਂ ਆਰੰਭ ਹੋ ਜਾਂਦੀਆਂ ਹਨ ਪਤਾ ਹੀ ਨਹੀਂ ਲੱਗਦਾ ਕਿ ਸਮੱਸਿਆਵਾਂ ਕਿਵੇਂ ਹੱਲ ਹੋਣਗੀਆਂ ਬੁੱਧਵਾਰ ਗਿਆਨ ਹੋ ਜਾਂਦਾ ਹੈ ਕਿ ਕੁਝ ਵੀ ਸਿੱਧਾ ਅਤੇ ਸਰਲ ਨਹੀਂ ਹੈ ਵੀਰਵਾਰ ਸੋਝੀ ਹੁੰਦੀ ਹੈ ਕਿ ਅੱਧਾ ਹਫ਼ਤਾ ਤਾਂ ਲੰਘ ਗਿਆ ਹੈ ਰੁੱਖਾ ਰੁੱਖਾ ਸੁੱਕਾ ਸੁੱਕਾ ਮੂੰਹ ਦਾ ਸਵਾਦ ਵਿਗੜਨ ਲੱਗ ਪੈਂਦਾ ਹੈ ਸ਼ੁੱਕਰਵਾਰ ਇਸ ਪਛਤਾਵੇ ਨਾਲ ਆਉਂਦਾ ਹੈ ਕਿ ਇਹ ਹਫ਼ਤਾ ਵੀ ਪਿਛਲੇ ਹਫ਼ਤੇ ਵਾਂਗ ਵਰਗਾ ਹੀ ਸੀ ਸ਼ਨੀਚਰਵਾਰ ਨੂੰ ਘਬਰਾਟ ਇਹ ਸੋਚ ਕੇ ਵੱਧ ਜਾਂਦੀ ਹੈ ਕਿ ਜੋ ਕਰਨਾ ਸੀ ਉਹ ਹੋਇਆ ਨਹੀਂ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚੇ ਨਹੀਂ ਐਤਵਾਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਚੱਲ ਰਹੇ ਹਾਂ ਕਿ ਰੁਕੇ ਹੋਏ ਹਾਂ ਕਿ ਫਸੇ ਹੋਏ ਹਾਂ ਇੰਗਲੈਂਡ ਵਿੱਚ ਇੱਕ ਮਕੈਨਿਕ ਦੀ ਪਤਨੀ ਕੁਝ ਦਿਨਾਂ ਲਈ ਕਿਤੇ ਰੇ ਗਈ ਹੋਈ ਸੀ ਤੇ ਮਕੈਨਿਕ ਨੂੰ ਦੋ ਬੱਚੇ ਸੰਭਾਲਣੇ ਪੈ ਰਹੇ ਸੀ ਦੋਵੇਂ ਬੱਚਿਆਂ ਨੂੰ ਬਾਹਰ ਲੈ ਜਾਣ ਵਿੱਚ ਉਸ ਨੂੰ ਮੁਸ਼ਕਲ ਹੁੰਦੀ ਸੀ ਪਰ ਬੱਚੇ ਬਾਹਰ ਜਾ ਕੇ ਖੁਸ਼ ਹੁੰਦੇ ਸਨ ਉਸਨੇ ਆਪਣੀ ਵਰਕਸ਼ਾਪ ਵਿੱਚ ਦੋ ਛੱਤਾਂ ਵਾਲੀ ਪ੍ਰੇਮ ਬਣਾਈ ਅਤੇ ਉਸ ਵਿੱਚ ਉੱਪਰ ਥੱਲੇ ਇੱਕ ਇੱਕ ਬੱਚੇ ਨੂੰ ਪਾ ਕੇ ਬਿਠਾ ਕੇ ਉਹਨਾਂ ਨੂੰ ਘੁਮਾਉਣ ਫਰਾ ਲੈ ਜਾਂਦਾ ਸੀ ਉਸ ਦੀ ਬੱਗੀ ਨੂੰ ਵੇਖ ਕੇ ਮਾਮਾ ਬੜੀਆਂ ਪ੍ਰਸੰਨ ਹੁੰਦੀਆਂ ਸਨ ਉਹਨਾਂ ਨੇ ਮਕੈਨਿਕ ਤੋਂ ਆਪਣੇ ਬੱਚਿਆਂ ਲਈ ਪ੍ਰੇਮਾਂ ਬਣਾਉਣੇ ਆਰੰਭ ਕੀਤੀਆਂ ਉਸਨੇ ਪ੍ਰੇਮ ਬਣਾਉਣ ਦੀ ਕੰਪਨੀ ਖੋਲ੍ਹ ਲਈ ਇਵੇਂ ਪ੍ਰੇਮ ਦੀ ਕਾਰਡ ਨਿਕਲੀ ਜਦੋਂ ਕਿਸੇ ਨਾਲ ਪਿਆਰ ਹੁੰਦਾ ਹੈ ਤਾਂ ਰਲ ਕੇ ਕਈ ਚੀਜ਼ਾਂ ਖਾਂਦੇ ਆ ਜਿਹੜੀ ਚੀਜ਼ ਸਾਨੂੰ ਸਭ ਤੋਂ ਵੱਧ ਸੁਆਦੀ ਲੱਗਦੀ ਹੈ ਉਹ ਅਸੀਂ ਪਿਆਰੇ ਨੂੰ ਦੇ ਦਿੰਦੇ ਹਾਂ ਅਤੇ ਉਸ ਨੂੰ ਖਾਂਦਿਆਂ ਵੇਖ ਕੇ ਅੱਖਾਂ ਰਹੀਂ ਆਪ ਸੁਆਦ ਮਾਣਦੇ ਹਾਂ ਜਦੋਂ ਕਿਸੇ ਨਾਲ ਪਿਆਰ ਹੋਵੇ ਤਾਂ ਉਸਨੇ ਭਾਵੇਂ 2-3 ਦਿਨ ਮਗਰੋਂ ਮਿਲਣਾ ਹੋਵੇ ਚੀਜ਼ ਵਿੱਚੋਂ ਉਸ ਦਾ ਹਿੱਸਾ ਬਚਾ ਕੇ ਰੱਖਣਾ ਚੰਗਾ ਲੱਗਦਾ ਹੈ ਉਂਝ ਅਸੀਂ ਹਰ ਥਾਂ ਆਪਣੇ ਆਪ ਨੂੰ ਪਹਿਲਾਂ ਰੱਖਦੇ ਹਾਂ ਪਰ ਪਿਆਰ ਵਿੱਚ ਦੂਜੇ ਨੂੰ ਅਸੀਂ ਆਪਣੇ ਆਪ ਨਾਲੋਂ ਵੀ ਵਧੇਰੇ ਮਹੱਤਵਪੂਰਨ ਸਮਝਣ ਕਰਕੇ ਪਹਿਲ ਦਿੰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ